अमृतसर के कृपा नगर इलाके में एक स्थायी बच्ची राहुल नामक युवक की बेदबरी हालतों में झाड़ियों से लाश मिलने से इलाके में थनथनी फैल गई। युवक नारायणगढ़ का रहने वाला था और वह जगराते का काम किया करता था। मौके पर पुलिस ने पहुंचकर मामला दर्ज कर जांच शुरू कर दी है। मृतक की मां कमला रानी के मुताबिक युवक कल शाम 4 बजे घर से बाहर गया हुआ था और रात को वापस नहीं आया। जब वह घर से बाहर गया तब तकरीबन 6 बजे 5-6 युवक घर आए और उसमें से एक युवक जो इसी इलाके का था और 3-व्हीलर चलाता है उसने 500 रुपए मांगने शुरू कर दिए। परिवार वालों ने उन्हें पैसे देने से इनकार कर दिया और कहा कि जब हमने पैसे लिए ही नहीं तो देने का सवाल ही नहीं होता। मृतक की मां को शक है कि कल दिन 6 बजे 5-6 युवक घर आए उन्होंने ही कत्ल किया और उन्होंने प्रशासन से इंसाफ की गुहार लगाई है। कृपा नगर इलाके के चश्मदीद रोशी बाबा के मुताबिक जब सुबह उसने लाश को देखा तो उसने पुलिस को फोन कर सूचना दी और युवक के घर वालों को सूचित किया। उसने कहा कि इस इलाके में नशे का जोर है और हो सकता है कि नशे के कारण उसकी मौत हो गई हो। उन्होंने सरकार से इस इलाके में नशेबंदी बंद करने की अपील की। पुलिस के आला अधिकारी मौके पर पहुंचकर जांच में जुटे हुए हैं। उन्होंने कहा कि मृतक का शव पोस्टमार्टम कर परिवारजनों को सौंप दिया जाएगा और पोस्टमार्टम की रिपोर्ट के आधार पर कार्रवाई की जाएगी। ਮੇਰਾ ਨਾਂ ਕਮਲਾ ਰਾਣੀ ਨਰੈਣਗੜ੍ਹ ਬਰਮਾਨੀ ਕੁਆਟਰ। ਇਹ ਮੇਰਾ ਬੇਟਾ ਸੀ, ਕੱਲ੍ਹ 4 ਵਜੇ ਘਰੋਂ ਗਿਆ ਵਾ ਅਤੇ ਮੁੜ ਕੇ ਰਾਤ ਵਾਪਸ ਨਹੀਂ ਆਇਆ ਅਤੇ 6 ਵਜੇ ਨਾਲ ਮੁੰਡੇ ਆਏ ਆ 5-6 ਜਣੇ ਤੋਂ ਆਉਂਦੇ ਆ ਕਿ ਇੱਕ ਮੁੰਡਾ ਹੋਰ ਆ 3-ਵੀਲਰ 'ਤੇ ਵਾਲਾ ਵਾ, ਇਹ ਮੇਰਾ 3-ਵੀਲਰ ਆ ਇੱਥੋਂ ਦਾ ਹੀ ਆ ਕੋਈ ਨਰੈਣਗੜ੍ਹ ਦਾ ਹੀ ਅਤੇ ਉਹਨੂੰ ਧੂਆ ਖਿੱਚੀ ਜੀ ਕਰਦੇ ਫਿਰਦੇ, ਹਾਂ ਹਾਂ ਦੱਸ ਦੱਸ ਅਤੇ ਉਹ ਵੀ ਕਿਤੇ ਨਾਲ ਹੀ ਹੋਊਗਾ। ਅਤੇ ਆਉਂਦਾ ਕਿ ਉਹ ਆਟੋ ਵਾਲਾ ਆਉਂਦਾ, ਇਹ ਆਂਟੀ ਤੁਸੀਂ 500 ਰੁਪਈਆ ਦੇ ਦਿਉ, ਮੈਂ ਤੁਹਾਨੂੰ 100-100 ਕਰਕੇ ਤਾਂ ਦੇ ਦਾਂਗਾ। ਅਤੇ ਮੈਂ ਕਿਹਾ ਨਹੀਂ ਮੈਂ ਨਹੀਂ ਦੇਣੇ 500, ਜਦੋਂ ਮੈਂ ਤੁਹਾਡੇ ਕੋਲ ਲਏ ਨਹੀਂ ਅਤੇ ਕਿ ਇਹ ਰਾਹੁਲ ਕਿੱਥੇ, ਮੈਂ ਰਾਹੁਲ ਘਰੋਂ ਬਾਹਰ ਆ ਅਤੇ ਬਸ ਕਹਿ ਕੇ ਤਾਂ ਚਲੇ ਗਏ। ਇੱਕ ਮੁੰਡੇ ਨੂੰ ਮੈਂ ਪਛਾਣਦੀ ਹਾਂ, ਉਹ ਆਟੋ ਚਲਾਉਂਦਾ ਇੱਥੋਂ ਦਾ ਹੀ ਆ ਕੋਈ ਨਰੈਣਗੜ੍ਹ ਦਾ, ਨਾਂ ਦਾ ਨਹੀਂ ਮੈਨੂੰ ਪਤਾ। ਹਾਂਜੀ ਪਤਾ ਨਹੀਂ ਮੈਨੂੰ, ਨਹੀਂ ਇਹਦੀ ਨਹੀਂ ਹੋਈ। 27 ਸਾਲ ਦਾ ਸੀ, ਇਹ ਕੰਮ ਜਗਰਾਤੇ ਕਰਦਾ ਸੀ। ਸਾਨੂੰ ਕਿਸੇ ਦਾ ਸ਼ੱਕ ਨਹੀਂ, ਬਸ ਉਹ ਜਿਹੜੇ ਰਾਤੀ ਆਏ 5-6 ਮੁੰਡੇ, ਸਾਨੂੰ ਉਹਨਾਂ 'ਤੇ ਸ਼ੱਕ ਆ ਵੀ ਉਹਨਾਂ ਕਿਤੇ ਕੰਮ ਕਰਦਾ। ਤੁਹਾਨੂੰ ਵੀ ਲੱਗਦਾ ਕਤਲ ਕੀਤਾ ਗਿਆ? ਹਾਂਜੀ ਸਾਨੂੰ ਪਤਾ ਲੱਗਦਾ ਹੈ ਕਿ ਜਿਵੇਂ ਕਿ ਇਹਨੇ ਸੱਟਾਂ ਲਾਈਆਂ ਇਹਨੂੰ। ਅਸੀਂ ਆਉਂਦੇ ਹਾਂ ਕਿ ਇਹੋ ਸਾਨੂੰ ਇਨਸਾਫ ਦਵਾਇਆ ਜਾਵੇ, ਜੇ ਸਾਡੇ ਬੱਚੇ ਤੋਂ ਕਿਸੇ ਨੇ ਕੀਤਾ ਵਾ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ ਵਾ, ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ। ਮੇਰਾ ਨਾਂ ਜੀ ਰੋਸ਼ੀ ਬਾਬਾ ਕਹਿੰਦੇ ਨੇ। ਅਸੀਂ ਸਾਨੂੰ ਸੁਣਾ ਗਿਆ ਜੀ, ਅਸੀਂ ਆਣ ਕੇ ਵੇਖਿਆ ਕਿ ਇਹ ਲੜਕਾ ਹੈ ਨਾ ਪੁੱਠਾ ਪਿਆ ਹੈ, ਫਿਰ ਅਸੀਂ ਚੌਂਕੀ ਇੰਚਾਰਜ ਨੂੰ ਇਤਲਾਹ ਕੀਤੀ ਆ, ਉਹ ਫਿਰ ਆਏ ਅਸੀਂ ਇਹਨਾਂ ਨੂੰ ਵੇਖਿਆ ਕਿ ਹਾਂ ਵੀ ਤਰ੍ਹਾਂ ਇਹਨਾਂ ਨੇ ਸਿੱਧਾ ਕਰਕੇ ਵੇਖਿਆ ਆ, ਅਤੇ ਫਿਰ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਇਤਲਾਹ ਕੀਤੀ, ਉਹ ਆਏ ਆ, SHO ਸਾਹਿਬ ਆਏ ਸੀ, ਉਹਨਾਂ ਨੇ ਵੇਖਿਆ ਇਹਨਾਂ ਨੂੰ, ਡਿਪਟੀ ਸਾਹਿਬ ਆਏ, ਉਹਨਾਂ ਚੈੱਕ ਕੀਤਾ, ਬਾਕੀ ਅਗਲੀ ਕਾਰਵਾਈ ਉਹ ਵੇਖਣਗੇ ਕੀ ਆ, ਜਾਂ ਇਹਨਾਂ ਨੂੰ ਕਿਸੇ ਨੇ ਮਾਰਿਆ ਜਾਂ ਨਸ਼ੇ ਦੇ ਕਾਰਨ ਹੋਈ ਹੈ ਮੌਤ ਇਹਨਾਂ ਦੀ। ਕਿੰਨੀ ਕੁ ਉਮਰ ਹੈ? ਇਹਨਾਂ ਦੀ 26-27 ਸਾਲ ਉਮਰ ਹੈਗੀ ਆ ਜੀ। ਕਿਹੜੀ ਜਗ੍ਹਾ 'ਤੇ ਕਤਲ ਹੋਇਆ? ਇਹ ਅਜੇ ਕੁਛ ਕਹਿ ਨਹੀਂ ਸਕਦੇ ਆਪਾਂ ਜੀ, ਕਿ ਕਿਸੇ ਨੇ ਸੁੱਟ ਕੇ ਵੀ ਗਿਆ, ਜਾਂ ਇਹ ਵੀ ਹੋ ਸਕਦਾ ਕਿ ਕੋਈ ਕਿਸੇ ਨਾਲ ਨਸ਼ਾ ਕੀਤਾ ਹੋਵੇ, ਉਹਨਾਂ ਡਰਦਾ ਇੱਧਰ ਨੂੰ ਸੁੱਟਦਾ ਹੋਵੇ, ਕੋਈ ਆਪਾਂ ਕਹਿ ਕੇ ਤਾਂ ਇਲਜ਼ਾਮ ਨਹੀਂ ਲਾ ਸਕਦੇ ਕਿ ਆਪਣੇ, ਇੱਕ ਤਾਂ ਸਰਕਾਰਾਂ ਕਹਿੰਦੀਆਂ ਕਿ ਨਸ਼ਾ ਆਪਾਂ ਖਤਮ ਕਰਨ ਡੇ ਹਾਂ, ਅਸੀਂ ਇੱਥੇ ਕਹਿੰਦੇ ਕਿ ਇੱਥੇ ਨਸ਼ੇ ਦਾ ਪੂਰਾ ਹੀ ਹੋ ਰਿਹਾ, ਨਸ਼ਾ ਕੋਈ ਖਤਮ ਨਹੀਂ ਹੋਇਆ, ਸਾਰਿਆਂ ਨੂੰ ਆਪੋ ਆਪਣੀ ਸਾਰੇ ਮਿਲੀ ਭੁਗਤੀ ਚੱਲਣ ਡਈ ਆ, ਕੋਈ ਨਸ਼ਾ ਨਹੀਂ ਖਤਮ, ਲੋਕਾਂ ਦੇ ਪੁੱਤ ਮਰਨ ਡੇ ਆ, ਅਸੀਂ ਤਾਂ ਇਹੋ ਕਹਿੰਦੇ ਹਾਂ ਕਿ ਆਪਾਂ ਨੂੰ ਜਾਗਰੂਕ ਹੋਣਾ ਪੈਣਾ ਆ ਇਹ ਨਸ਼ੇ ਖਿਲਾਫ਼,
ਅਤੇ ਸਾਰੇ ਜਿੰਨਾ ਜਿੰਨਾ ਤੱਕ ਮੇਰਾ ਵੀਰ ਤੱਕ ਮੈਸੇਜ ਜਾਂਦਾ ਆ ਉਹ ਸਾਰੇ ਇਕੱਠ ਕਰਨ ਅਤੇ ਆਪਣੇ ਆਪਣੇ ਇਲਾਕੇ ਜਿੱਦਾਂ ਕਰਨ ਜਿੱਦਾਂ ਨਹੀਂ ਤਾਂ ਇਹ ਪੁੱਤ ਮਰਿਆ ਸਾਡਾ ਵੀ ਕੱਲ੍ਹ ਨੂੰ ਪੁੱਤ ਮਰ ਸਕਦੇ ਆ। ਮੈਂ ਤਾਂ ਇਹੋ ਬੇਨਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਰੈਡੀ ਇੱਕ ਰਾਹੁਲ ਨਾਂ ਦੇ ਰਾਹੁਲ ਸ਼ਰਮਾ ਦੀ ਇੱਕ ਡੈੱਡ ਬੋਡੀ ਇੱਥੇ ਖਾਲੀ ਪਲਾਟਾਂ ਦੇ ਵਿੱਚ ਕਿਰਪਾ ਨਗਰ ਏਰੀਆ ਦੇ ਵਿੱਚ ਮਿਲੀ ਹੈ ਜਿਹਦਾ ਅਸੀਂ ਚੈੱਕ ਕਰ ਰਹੇ ਹਾਂ, ਮਾਇਨਾ ਕੀਤਾ ਅਤੇ ਉਹਦੇ 'ਚ ਜਿਹੜੀ ਹੁਣ ਅੰਬਰਨ ਦੀ ਕਾਰਵਾਈ ਉਹ ਕਰਾਂਗੇ। ਉਹਦੇ ਪੋਸਟਮਾਰਟਮ ਦੇ ਵਿੱਚ ਜੇ ਕੁਛ ਆਇਆ ਤਾਂ ਕੀ ਕਰ? ਬੇਸਿਕਲੀ ਫਸਟ ਸਾਡੀ ਪ੍ਰਾਇਰਟੀ ਇਹੀ ਹੈ ਪੋਸਟਮਾਰਟਮ ਕਰਾਈਏ, ਪੋਸਟਮਾਰਟਮ ਕਰਕੇ ਵਿਸਰਾ ਕਢਾਵਾਂਗੇ, ਜੋ ਕੋਜ਼ ਆਫ ਡੈਥ ਹੋਏਗਾ ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਊਗੀ। ਕਿਸ ਤਰ੍ਹਾਂ ਦੀ ਕੰਡੀਸ਼ਨ 'ਚ ਮਿਲੀ ਲਾਸ਼? ਨੋਰਮਲੀ ਇਹ ਆਕੜਿਆ ਹੋਈ ਬੋਡੀ ਹੈ, ਰਾਤ ਹੋ ਸਕਦਾ ਕੋਈ ਕਿਸੇ ਐਂਗਲ ਤੋਂ ਕੋਈ ਡਿੱਗ ਡੁੱਗ ਪਿਆ ਹੋਵੇ, ਡੈਥ ਹੋ ਗਈ ਹੋਵੇ, ਕਿਉਂਕਿ ਜਾਰੀ ਤੌਰ 'ਤੇ ਕੋਈ ਸੱਟ ਨਹੀਂ ਹੈਗੀ। ਫਿਰ ਵੀ ਜਦੋਂ ਅਸੀਂ ਪੋਸਟਮਾਰਟਮ ਕਰਾਵਾਂਗੇ ਜੋ ਸਾਹਮਣੇ ਆਇਆ, ਅਗਰ ਕੋਈ ਕਿਸੇ ਤਰ੍ਹਾਂ ਦਾ ਕੋਈ ਫਾਲ ਪਲੇ ਹੋਇਆ, ਕੋਈ ਇੱਦਾਂ ਦੀ ਕੋਈ ਗੱਲ ਹੈਗੀ ਹੈ ਤਾਂ ਬਣਦੀ ਕਾਰਵਾਈ ਕੀਤੀ। ਨਾਮ ਕੀ ਹੈ? ਕਿੰਨੀ ਉਮਰ? ਰਾਹੁਲ ਸ਼ਰਮਾ ਜੀ, ਇਹਦੀ ਉਮਰ ਕੋਈ 26-27 ਦੇ ਕਰੀਬ ਹੈ। ਪਰਿਵਾਰ ਵਾਲੇ ਹੈਗੇ ਜੀ, ਇਹਨਾਂ ਦੇ ਮਦਰ ਵੀ ਹੈਗੇ ਆ, ਦੇਖਦੇ ਹਾਂ ਉਹਨਾਂ ਨਾਲ ਗੱਲ ਕਰਕੇ ਜੇ ਕੋਈ ਐਂਗਲ ਇੱਦਾਂ ਦਾ ਲੱਭਿਆ ਤਾਂ ਕਿਸੇ ਨੂੰ ਸਾਡੇ ਕੋਲ ਕੋਈ ਸਕੋਪ ਨਹੀਂ ਹੈ ਕਿਸੇ ਨੂੰ ਸਪੇਅਰ ਕਰਨ ਦਾ, ਪਰ ਫਸਟ ਆਫ ਆਲ ਇਸ ਚੀਜ਼ ਨੂੰ ਅਸੈਸ ਕਰਨਾ ਜ਼ਰੂਰੀ ਹੈ ਵੀ ਵੈਦਰ ਇਟ ਇਜ਼ ਨੈਚੁਰਲ ਡੈਥ ਔਰ ਅ ਮਰਡਰ। ਥੈਂਕ ਯੂ। ਅਮਨ ਮਹਿਲ, ਦਿਵਿਆ ਪੰਜਾਬ ਟੀਵੀ, ਅੰਮ੍ਰਿਤਸਰ।